ਮੈਂ ਭਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ, ਗਲੀ ਚੋਂ ਲੰਘਦੇ ਹੋਏ ਫੁੱਲੜ ਪੀਜ਼ਾ ਬੋਲ ਕੇ ਗੰਦੀ ਟੋਂਚ ਮਾਰ ਕੇ ਗਏ ਨੇ। ਮੈਂ ਬਾਹਰ ਆ ਕੇ ਰੋਕਿਆ ਤੇ ਉਦੋਂ ਹੱਥੀ ਵੱਖੀ ਹੋਏ ਮੇਰੇ। ਕਿੰਨੇ ਵਾਲਾ ਟੋਂਚ ਮਾਰੀ ਗਈ ਭਾਜੀ? ਹਾਂਜੀ, ਕਿੰਨਾ ਵਾਲਾ ਸਾਡਾ ਟੋਂਚ ਵਾਜੀ ਕੀਤੀ ਗਈ? ਇੱਕ ਮੁੰਡਾ ਹਰੀ ਸ਼ਰਟ ਵਾਲਾ ਤੇ ਦੂਜਾ ਹੋਰ ਸੀ। ਨਹੀਂ ਕੀ ਗੱਲ ਕੀ ਤੁਹਾਡੀ? ਕੋਈ ਪਹਿਲਾਂ ਵੀ ਗੱਲ ਹੋਈ? ਮੈਂ ਨਹੀਂ ਜਾਣਦਾ ਮੁੰਡਾ ਕੌਣ ਹੈ, ਮੈਂ ਕਦੇ ਫਸਟ ਟਾਈਮ ਵੇਖਿਆ ਇਹਨੂੰ। ਅੱਛਾ, ਤੁਹਾਡੀ ਰਹਿਸ਼ ਇੱਥੇ ਹੀ ਹੈ ਮਤਲਬ ਕਾਫੀ ਦੇਰ ਤੋਂ? ਹਾਂਜੀ। ਨਹੀਂ ਕੁੱਟਮਾਰ ਕਿੰਨੇ ਕੀਤੀ ਤੁਹਾਡਾ? ਭਾਜੀ ਉਹੀ ਮੁੰਡਾ ਹੱਥੀ ਵੱਖੀ ਹੋਇਆ। ਨਹੀਂ ਤੇ ਹੁਣ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੁਸੀਂ? ਹਾਂਜੀ ਪੁਲਿਸ ਨੂੰ ਦਿੱਤੀ। ਆਹ ਜਿਹੜੇ ਲੜਕੇ ਕੌਣ ਹੈ ਜੀ ਜਿਹੜਾ ਤੁਹਾਨੂੰ ਅਭਿਆਸ ਕਰ ਰਹੇ ਸੀ? ਭਾਜੀ ਮੈਂ ਨਹੀਂ ਜਾਣਦਾ ਜੀ। ਠੀਕ ਹੈ, ਨਾਮ ਨਹੀਂ ਪਤਾ ਇਹਨਾਂ ਦਾ? ਭਾਜੀ ਮੈਨੂੰ ਨਹੀਂ ਪਤਾ ਕੌਣ ਹੈ। ਇੱਥੇ ਦੇ ਰਹਿਣ ਵਾਲੇ ਤੁਹਾਡੇ ਮੁਹੱਲੇ ਦੇ ਰਹਿਣ ਵਾਲੇ? ਭਾਜੀ ਉਹ ਮੁੰਡਾ ਤੇ ਇੱਥੋਂ ਦਾ ਵਾ, ਦੂਜੇ ਦਾ ਮੈਨੂੰ ਪਤਾ ਨਹੀਂ ਹੈ। ਮਹੱਲੇ ਦੇ ਵਿੱਚ ਲੜਾਈ ਹੋ ਰਹੀ ਹੈ, ਸਾਨੂੰ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਮਜ਼ਾਕ ਬਣਾਉਣਾ ਹੈ? ਮਜ਼ਾਕ ਹੀ ਬਣਨਾ ਕੱਲ ਨੂੰ ਹੋਰ ਦੁਬਾਰਾ ਮੁੜ ਕੇ ਤੁਹਾਡੇ ਵਿਊਆਂ ਦੇ ਵਿੱਚ, ਤੁਹਾਨੂੰ ਪਤਾ ਹੀ ਹੈ ਕਿ ਕੁਝ ਗੰਦ ਵਕਦੇ ਲੋਕੀ ਯਾਰ, ਚੰਗਾ ਭਲਾ ਜੀਣਾ ਹਰਾਮ ਕੀਤਾ ਪਿਆ ਸਾਡਾ ਯਾਰ ਸਾਰਾ। ਭਾਜੀ ਅਸੀਂ ਤਾਂ ਤੁਹਾਡਾ ਦਰਸ਼ਨ ਲੈਣ ਹੀ ਆਏ, ਤੁਹਾਡੇ ਨਾਲ ਘਟਨਾ ਕੀ ਹੋਈ ਹੈ ਇਹਨੂੰ ਪੁੱਛਣ ਹੀ ਆਏ ਆ। ਭਾਜੀ ਯਾਰ ਦੇਖੋ ਸਿੰਪਲ ਜੀ ਗੱਲ ਹੈ, ਕਮਰੇ ਦੇ ਅੰਦਰ ਬੈਠਾ ਮੈਨੂੰ ਗੰਦੀ ਆਵਾਜ਼ ਮਾਰੀ ਤੇ ਮੈਂ ਬਾਹਰ ਨਿਕਲ ਕੇ ਆ, ਮੁੰਡਾ ਰੋਕਿਆ ਵਾ ਬਸ। ਨਹੀਂ ਉਹੀ ਆਪਾਂ ਪੁੱਛ ਰਹੇ ਕਿ ਤੁਹਾਡੀ ਕੋਈ ਪਹਿਲੇ ਰੰਜਿਸ਼ ਹੈ? ਮੈਂ ਨਹੀਂ ਜਾਣਦਾ ਭਾਜੀ ਕੌਣ ਹੈ ਕੌਣ ਨਹੀਂ। ਓਕੇ, ਅੱਛਾ ਇਹਨਾਂ ਨੇ ਕਹਿ ਤਾ ਜੀ ਤੂੰ ਟੀਚਰ ਕੀਤੀ ਆ, ਪਰ 19 ਸਾਲਾਂ ਦਾ ਬੱਚਾ ਕੋਈ ਏਡਾ ਹੈ ਨੀ ਖਾਸ, ਤੇ ਉਹਦੇ ਆਪਣਾ ਐਕਟਿਵਾ ਦੇ ਧੱਕਾ ਮਾਰਿਆ, ਗਲਵੇਂ ਫੜਿਆ, ਫਿਰ ਬੱਚਾ ਵੀ ਹੱਥ ਪਾਈ ਹੋ ਗਿਆ। ਇਹਨਾਂ ਨੇ ਫੜਿਆ, ਇਹਨਾਂ ਨੇ ਕੀ ਰਿਹਾ ਬਸ ਆਈ ਹੋਈ ਹੈ ਕਿਰਪਾਨ ਗੜ ਲਈ ਕਹਿੰਦੇ ਇਹਨਾਂ ਨੇ, ਪਰ ਆਪਾਂ ਦੇਖਿਆ ਨੀ ਚੀਜ਼ ਨੂੰ। ਭਾਜੀ ਉਹ ਕਹਿ ਰਹੇ ਕਿਸੇ ਕੋ ਗਾਲੀ ਗਾਲ ਗੋਲ ਕੱਢੀ ਕੋਈ ਕਿਸ ਤਰ੍ਹਾਂ? ਨਹੀਂ ਦੇਖੋ, ਬੱਚਾ ਨਿੱਕਾ ਹੈ 19 ਸਾਲਾਂ ਦਾ, ਕੋਈ ਇਦਾਂ ਦੇ ਕੰਮ ਦੇਖੋ ਚੰਗੇ ਪਰਿਵਾਰ ਤੋਂ ਆ ਪਰ ਇਦਾਂ ਦੇ ਕੰਮ ਨਹੀਂ ਕਰਦਾ। ਠੀਕ ਅੱਛਾ ਹੈ, ਮੈਂ ਗਲਤ ਹੋਇਆ ਜੋ ਵੀ ਹੋਇਆ ਆਪਾਂ ਨਹੀਂ। ਨਹੀਂ ਪਰ ਭਾਜੀ ਐਲੀਗੇਸ਼ਨ ਆ ਰਹੀ ਹੈ ਕਿ ਪਹੁੰਚ ਮਾਰੀ ਗਈ ਹੈ ਕੋਈ ਗੰਦੇ ਵਰਡ ਨੂੰ ਲੈ ਕੇ। ਬ੍ਰਦਰ 19 ਸਾਲਾਂ ਦਾ ਬੱਚਾ ਆ, ਤੁਸੀਂ ਆਪੀ ਸਾਲ ਲਓ, ਤੁਹਾਡੀ ਵੀ ਉਮਰ ਹੈਗੀ ਆ। 19 ਸਾਲਾਂ ਦਾ ਬੱਚਾ ਕੋਈ ਇਦਾਂ ਦੇ ਕੰਮ ਕਰਦਾ? ਝਗੜਾ ਹੋਇਆ ਜਿਹੜਾ ਜਾਂ ਕੁਝ ਪਤਾ ਨਹੀਂ, ਪਤਾ ਵਧੇ। गजाधारी ज्वेलर्स जो है पिछले 75 सालों से आप सभी का भरोसा आपकी खुशियों के साथ, आशा पूर्णी मंदिर पठानकोट से मनचंदा टावर ढलोजी रोड। प्रभ दयाल गजाधारी ज्वेलर्स जो है पिछले 75 सालों से आप सभी का भरोसा आपकी खुशियों के साथ, आशा पूर्णी मंदिर पठानकोट से मनचंदा टावर ढलोजी रोड। प्रभ दयाल गजाधारी ज्वेलर्स जो है पिछले 75 सालों से आप सभी का भरोसा आपकी खुशियों के साथ, आशा पूर्णी मंदिर पठानकोट से मनचंदा टावर ढलोजी रोड। कहीं सुना है रिटेल की दुकान पर होलसेल का दाम? जी हाँ, नव्या लेकर आया है डिजाइनर सूट्स, कुर्तीज और फैब्रिक्स।
सबसे सस्ता सबसे अच्छा डिफेंस रोड ममून पठानकोट कॉन्टैक्ट 9614196141